पूरी काज सुवारे सतगुर तुमरे काज सुवारे। चाची किथे चली है? मैं तो नहान चली सी। मेरी मम्मी ने मेहंदी मंगाई है। मैं तो आप लानी सी। वॉशरूम च पई है जो कंजरी ना के बाहर आवे ताही है। नी बुड़िए बाहर आके अंदर ही बैठी रहेंगी। कंजरी ने 2 घंटे हो गए अंदर बैठी नू। करे अंदर ही हार्ट अटैक ना आ गया होवे। नहाउन लगी ता इन्ना टाइम लाऊगी जिवें सिरी देवी दी वड्डी भैण हुंदी आ। नी टाइम ता देख ले। हां ना लड़का कुछ हजे मेरा 1 मिनट पिया। जदो 1 मिनट मेरा पूरा हो गया उदो बाहर निकलू। तू जेड़ी पूछ फाड़नी फाड़ ला। बोलदी ता देख किवें आ। खड़ जा मैं कर दें तेरा टाइम पूरा। खड़ जा तेरा बेटा बह गया थे। पैर ने कल देखा गया दूजा भाग। किथे मर गया बे भैन दे खासमा चौलिया उड़िया। उरे बैठ। हां जी साड़ी होगी लड़ाई। अच्छा जी हुण तो मेरी लत्तां घोटा ਲਿਓ ਜੀ ਲੱਤਾਂ ਦੀ। ਮੈਂ ਆਏ ਕਰੂ ਆਏ ਹਾਏ ਮੈਂ ਕਿਹਾ ਥੋੜਾ ਥੱਲੇ ਨੂੰ ਹੋ ਜਾ। ਅੱਛਾ ਅੱਛਾ ਹਾਏ ਲੜਾਈ ਤਾਂ ਮੇਰੇ ਸਾਲੇ ਦੀ ਐ ਕਹੂਗੀ ਜਿਵੇਂ ਪਾਣੀਪਤ ਦੀ ਜੰਗ ਲੜੀ ਹੋਵੇ ਇਹਨੇ। ਕੀ ਕਿਹਾਗਾ? ਮੈਂ ਕਿਹਾ ਪਾਣੀ ਪੂਣੀ ਪੀ ਲਿਆ ਸੀ। ਤੂੰ ਤਾਂ ਮੇਰੀ ਛੇਰਨੀ ਆ ਛੇਰਨੀ। ਵੇ ਮੇਰੇ ਪਿਆ ਨੇ ਮੈਨੂੰ ਛੇਰਨੀ ਜੰਮਿਆ ਸੀਗਾ। ਇੱਕ ਤੈਂ ਜੰਮਿਆ ਉਹ ਕਤੂਰਾ ਜਿਹਾ ਸਾਰੀ ਦਿਹਾੜੀ ਆਪਦੀ ਬਹੂ ਦੀ ਕੁੱਛੜ ਚ ਬੜਿਆ ਰਹਿੰਦਾਗਾ। ਨੌਕਰ ਬਹੁਤੀ ਦਾ ਕੰਜਰ ਦਾ ਪੁੱਤ ਨਾ ਹੋਵੇ ਤਾਂ। ਉਹ ਤਾਂ ਮੈਂ ਵੀ ਹਾਂ। ਬੀਬੋ ਗੱਲ ਸੁਣ, ਇੱਕ ਗੱਲ ਕਰ। ਅਜੇ ਮੈਂ ਨਹੀਂ ਸੀ ਹੈਗਾ ਉੱਥੇ। ਜੇ ਮੈਂ ਹੁੰਦਾ ਨਾ ਲੱਤਾਂ ਵੱਢ ਦੇਣੀਆਂ ਸੀ। ਚੋਰਿਆ ਹੱਥ ਨਾ ਲਾ ਕੇ ਦਿਖਾ। ਜੇ ਤੇਰਾ ਮਤੀਰੇ ਵਰਗਾ ਸਿਰ ਨਾ ਭੰਨਦਾ ਮੈਨੂੰ ਪਿਓ ਨਹੀਂ ਸੀ ਕਿਹਨੇ ਕਹਿਣਾ। ਨੀ ਤੂੰ ਹੱਥ ਤਾਂ ਲਾ ਕੇ ਦਿਖਾ ਨੇ ਤੇਰੇ ਹੱਥ ਨਾ ਵੱਢਦੇ ਆ ਮੇਰੇ ਸਿਰ ਦੇ ਸਾਈ ਨੂੰ। ਤੂੰ ਮਾੜਾ ਬੋਲਦੀ ਆ। ਮੈਂ ਤੇਰੇ ਸਿਰ ਦਾ ਸਾਈ ਹਨਾ। ਬੇ ਤੂੰ ਚੁੱਪ ਕਰ। ਤੇਰੇ ਬਾਗੇ ਸਾਈ ਤਾਂ ਮੈਂ 4-5 ਕਰੀ ਬੈਠੀ ਆਂਗੀ। ਮੈਂ ਤਾਂ ਉਹੀ ਕਹਿੰਦੀ ਸੀ। ਹਾਨੀ ਬੋਲਣ ਰੇ ਤੂੰ ਕੀ ਕਰ ਲੇਗੀ? ਹੁਣ ਤਾਂ ਮੈਂ ਥੱਕ ਗਈ ਆ। ਜੋ ਕੁਝ ਕਰੂ ਮੇਰਾ ਬੁੱਝਣ ਜਾਂ ਘਰ ਵਾਲਾ ਕਰੂਗਾ। ਚੰਗਾ ਹੁਣ ਮੈਂ ਵੀ ਨਹੀਂ ਕੁਛ ਕਰਦੀ। ਜੋ ਕਰੂਗਾ ਮੇਰਾ ਝੁੱਡੂ ਕਰੂਗਾ। ਹੈ ਭੈਣ ਦੇ ਯਾਰ ਦੀਆਂ ਹੁਣ ਸਾਨੂੰ ਲੜਾਉਣਾ? ਨਾ ਹੁਣ ਬੈਠਾ ਬੈਠਾ ਕੀ ਦੇਖ ਲਾਂਗਾ। ਚੱਕ ਗੰਡਾ ਸਾਰੇ ਭੈਣ ਦੇ ਖਸਮ ਤਾਂ ਲਾ ਦੇ ਸਰ। ਨਾ ਹੁਣ ਤੂੰ ਮੇਰੇ ਬੰਨੀ ਕੀ ਮੁੱਤਰ ਮੁੱਤਰ ਚੱਕੀ ਆ ਨਾ। ਚੱਕ ਆਪਦੀ ਕਿਰਪਾਨ ਲਾ ਦੇ ਮੇਰੇ ਸਾਲੇ ਦਾ ਗੱਟ ਕਰਦੇ ਰੰਡੀ। ਬੀਬੋ ਕੋਈ ਹੋਰ ਹੁੰਦਾ ਭਾਵੇਂ 2 ਸਿਰ ਵਢਾ ਲੈਂਦੀ। ਮੁੰਡਾ ਦਾ ਆਪਣਾ ਮਾਰਿਆ ਜਾਊ। ਤੁਸੀਂ ਜੀ ਗੁੱਸਾ ਥੁੱਕ ਦਿਓ, ਗਰਮ ਨਾ ਹੋ। ਮੈਂ ਤੁਹਾਡੇ ਵਾਸਤੇ ਫਰਿੱਜ 'ਚੋਂ ਠੰਡਾ ਪਾਣੀ ਲੈ ਕੇ ਆਉਣਾ। ਉਹਨੂੰ ਪੀਣ ਨਾਲ ਤੁਹਾਡੀ ਸਾਰੀ ਗਰਮੀ ਉਤਰ ਜੂਗੀ। ਮੈਂ ਆਇਆ ਜੀ ਪਾਣੀ ਲੈ ਕੇ। ਲਓ ਜੀ ਪਾਣੀ ਪੀਓ। ਚੰਗਾ ਹੋ ਗਿਆ ਤਾਂ ਮੈਨੂੰ ਅੱਜ ਪਾਣੀ ਪਿਆਤਾ, ਨਹੀਂ ਤਾਂ ਐਵੇਂ ਕੋਈ ਜਾ ਜਾਂਦੀ ਹੋ ਜਾਣੀ ਸੀ। Thank you.
मेनू भी दे दो जी, बड़ी भुख लगी है। पहला मेनू तो खा लेंदे, नाले ये केड़े कानून च लिखा कि रोटी तेनू मैं ही पका के देवां, आपदी मां नू कह दे ओ पका के दे दूगी। ये तो जी पूरी दुनिया च कानून आ भी कैदी नू रोटी सरकार दिंदी आ, ना कि उहदे घर वाले। ना तू मैनू इन्नी माड़ी समझदा? नहीं जी, तुसीं तां बहुत चंगे हो, हुण मैनू रोटी लिया के दिओ, मैं होर भी कम करने आ फिर। तू आप ही पका ला, मेथों नहीं पकदी। पका तां मैं लैंदा पर मैनू पकाउणियां नहीं आउंदियां, तू पका के दे दे। मैनू तो नौकरा नहीं बना रखिया। देख कपड़े मैं धोना, झाड़ू मैं लाउना, पशुआं दा गोहा मैं चकदा, घर दा सारा काम नौकरा वांगू करदा, फिर तू केड़े पासे नौकरा नहीं होई? नौकर दे घर वाली नौकरानी हुंदी आ, होर किते महाराणी हुंदी आ। रज्जो जी मैनू बहुत भुख लगी आ, प्लीज मैनू रोटी दे दो, रात नूं फिर मैं थोड़ियां लत्तां कुटूंगा। चंगा चंगा बह जा, लिया दिन्नी आ। कादी सब्जी बनाई आ? कद्दू तरिया गा। रोज ही कद्दू? पे कद्दू तेरे के दंदियां बढ़दा गा, जो चोलसनियां चोलसरा के ते उई ना मे तो तू आ मटर पनीर बनवा ली। ਮੈਨੂੰ ਪਤਾ ਸਾਲਾ ਤੇਰੇ ਕੱਦੂਆਂ ਦੀ ਦਾਲ ਦਾ, ਤੇਰੇ ਹੱਥ ਦੀ ਸਬਜ਼ੀ ਖਾਣ ਨਾਲੋਂ ਬੰਦਾ ਜ਼ਹਿਰ ਖਾ ਲਵੇ, ਉਹ ਵੀ ਜ਼ਿਆਦਾ ਸਵਾਦ ਹੋਊਗਾ। ਕਾਮਣਾ ਕੀ ਗੱਲ, ਰੋਟੀ ਸਵਾਦ ਨਹੀਂ ਲੱਗੀ ਹੈਗੀ? ਬੀਬੋ ਜੀ ਦਾਲ ਤਾਂ ਸੱਚੀ ਤੁਸੀਂ ਬਹੁਤ ਹੀ ਸਵਾਦ ਬਣਾਈ ਆ, ਉਹ ਥੋੜ੍ਹਾ ਲੂਣ ਹੀ ਜ਼ਿਆਦਾ ਪੈ ਗਿਆ। ਨਹੀਂ ਨਹੀਂ ਜ਼ਿਆਦਾ ਕਿੱਥੇ ਪਿਆ, ਮੈਨੂੰ ਲੱਗਦਾ ਮਾਰਕੀਟ 'ਚ ਲੂਣ ਹੀ ਸਾਲਾ ਨਕਲੀ ਆਉਂਦਾ। ਗੱਲ ਸੁਣ, ਨਾਲੇ ਕੋਈ ਕੋਈ ਲੋੜ ਨਹੀਂ ਤੈਨੂੰ ਇੰਨਾ ਕੋਮਲ ਹੱਥਾਂ ਨਾਲ ਵਾਧੂ ਲਸਣ 'ਤੇ ਆਦਾ ਛਿੱਲ ਕੇ ਪਾਉਣ ਦੀ, ਐਵੇਂ ਤੇਰੇ ਹੱਥ ਖਰਾਬ ਹੋ ਜਾਣਗੇ, ਐਂ ਬਣਾਇਆ ਕਰ ਤੂੰ ਬਸ। ਐਤਕੀ ਤੇਰਾ ਭਰਾ ਆ ਨਾ, ਇਹੋ ਜਿਹੀ ਕੱਦੂਆਂ ਦੀ ਦਾਲ ਬਣਾ ਕੇ ਖਵਾਉਣੀ ਉਹਨੂੰ, ਤੜਕਾ ਤਾਂ ਤੂੰ ਵਾਲਾ ਹੀ ਘੈਂਟ ਲਾਉਣੀ ਹੈ, ਉਹ ਮੈਨੂੰ ਲੱਗਦਾ ਸਾਲੀ ਪਤੀਲੀ ਮਾੜੀ ਆ ਜਿਹੜਾ ਤੜਕਾ ਸੜਨ ਦਾ ਮੁਸ਼ਕ ਜਿਹਾ ਆ ਜਾਂਦਾ ਵਿੱਚੋਂ। ਚੱਲ ਕੋਈ ਨੀ, ਆਪਾਂ ਕੱਲ ਨੂੰ ਪਤੀਲੀ ਨਵੀਂ ਮੰਗਾ ਲਾਂਗੇ। ਅੱਛਾ ਵੀ ਇੰਨੀ ਸਵਾਦ ਲੱਗੀ ਤੈਨੂੰ ਦਾਲ, ਲੈ ਫਿਰ ਇੱਕ ਵਰਕੀ ਹੋਰ ਖਾ, ਇਹ ਲੈ ਖਾ 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 ਖਾ। ਬੀਬੋ ਇੱਕ ਗੱਲ ਤੂੰ ਬਹੁਤ ਚੰਗੀ ਕੀਤੀ, ਜਿਹੜੇ ਕੱਦੂ ਨਾ ਚੰਗੀ ਤਰ੍ਹਾਂ ਛਿੱਲ ਕੇ ਨਹੀਂ ਪਾਏ। ਮੈਂ ਨਾ ਟੀਵੀ 'ਤੇ ਦੇਖਿਆ ਸੀ ਬਾਬਾ ਰਾਮਦੇਵ, ਉਹ ਕਹਿੰਦਾ ਸਬਜ਼ੀਆਂ ਛਿੱਲੀ ਦੀ ਨਹੀਂ ਹੁੰਦੀਆਂ, ਸਾਰੀ ਤਾਕਤ ਤਾਂ ਛਿੱਲਾਂ 'ਚ ਰਹਿ ਜਾਂਦੀ ਹੈ। ਨਾਲੇ ਤੂੰ ਇੰਨੀ ਸਵਾਦ ਦਾਲ ਨਾ ਬਣਾਇਆ ਕਰ, ਐਵੇਂ ਕਿਸੇ ਦੀ ਨਜ਼ਰ ਲੱਗ ਜੂਗੀ। ਬਾਪੂ ਇੱਕ ਤਾਂ ਇਹ ਦੋਨੇ ਆਪਸ 'ਚ ਲੜਦੀਆਂ ਰਹਿੰਦੀਆਂ, ਦੂਜਾ ਇਹਨਾਂ ਨੇ ਆਪਾਂ ਨੂੰ ਨੌਕਰ ਬਣਾ ਰੱਖਿਆ। ਪੁੱਛ ਨਾ ਪੁੱਤਰਾ, ਉਹ ਇੱਕ ਤਾਂ ਤੇਰੀ ਮਾਂ ਪਹਿਲਾਂ ਹੀ ਇੰਨੀ ਕੌੜੀ ਸੀ, ਉੱਤੋਂ ਆ ਤੇਰੇ ਵਾਲੀ ਤੀਵੀਂ ਵੀ ਕੌੜ ਆ ਗਈ। ਉਹ ਬਾਪੂ ਇਹਨਾਂ ਦੋਹਾਂ ਦੇ ਚੱਕਰਾਂ 'ਚ ਨਾ ਆਪਣਾ ਜੀਣਾ ਹਰਾਮ ਹੋਇਆ ਪਿਆ। ਹੋਰ ਯਾਰ ਮੇਰਾ ਤਾਂ ਦਿਹਾੜੀ ਜਾਂਦੇ ਨੂੰ ਉਂਝ ਨਾ ਜੀ ਨਹੀਂ ਕਰਦਾ, ਸੰਗ ਜੀ ਆਉਂਦੀ ਰਹਿੰਦੀ ਹੈ। ਯਾਰ ਕੋਈ ਬਾਬਾ ਮਿਲ ਜੇ ਇਹੋ ਜਾਣਾ ਜਿਹੜਾ ਕਿਸੇ ਨੂੰ ਵਸ ਵੁਸ 'ਚ ਕਰਦਾ ਹੋਵੇ, ਮੈਂ ਨਾ ਸਵਾਦ ਆ ਜੇ ਇਹਨਾਂ ਨੂੰ ਵਸ 'ਚ ਕਰਕੇ ਨਾ ਫਿਰ ਬਦਲੇ ਲਈ। ਚਾਚਾ ਬੜੇ ਪਰੇਸ਼ਾਨ ਜੇ ਲੱਗਦੇ ਹੋ, ਮੈਂ ਇੱਕ ਬਾਬੇ ਨੂੰ ਜਾਣਦਾ, ਕੋਈ ਬੱਸ 'ਚ ਕਰਾਉਣੀ ਹੋਵੇ ਤੀਵੀਂ ਬੱਸ 'ਚ ਕਰਨੀ ਹੋਵੇ ਸਾਰੇ ਕੰਮਾਂ ਦਾ ਮਾਰ, ਜੈ ਬਾਬਾ ਮੱਖੀ ਮਾਰ। ਹੁਣ ਕੰਮ 'ਤੇ ਤਾਂ ਬਾਅਦ 'ਚ ਜਾਵਾਂਗੇ, ਪਹਿਲਾਂ ਬਾਬੇ ਕੋਲ ਚੱਲੀਏ। ਲੈ ਬਾਪੂ ਅੱਜ ਇਹਨਾਂ ਜ਼ਾਲਮ ਜਨਾਨੀਆਂ ਤੋਂ ਬਦਲਾ ਲੈਣ ਦਾ ਵਕਤ ਆ ਗਿਆ ਬਾਪੂ। ਬਸ ਇੱਕ ਵਾਰੀ ਬੱਸ 'ਚ ਆ ਜਾਂਦਾ ਤਾਂ ਸਾਲੀਆਂ ਤੋਂ ਸਾਰਾ ਘਰ ਦਾ ਕੰਮ ਕਰਾਇਆ ਕਰਨਾ, ਮੰਜੇ 'ਤੇ ਮੌਜਾਂ ਨਾਲ ਬੈਠ ਕੇ ਐਸ਼ਾਂ ਕਰਨੀਆਂ ਪੁੱਤਰਾ ਐਸ਼ਾਂ। ਉਹ ਬਾਪੂ ਅੱਜ ਮੈਂ ਵੀ ਆਪਣੇ ਵਾਲੇ ਤੋਂ ਗਿਣ ਗਿਣ ਕੇ ਬਦਲੇ ਲੈਣੇ ਆ, ਜਿੱਦੇ ਦੀ ਵਿਆਹ ਕੇ ਆਈ ਆ ਸਾਲੀ ਨੇ ਸੂਲੀ 'ਤੇ ਢੰਗ ਰੱਖਿਆ। ਬਾਪੂ ਵੈਸੇ ਤੂੰ ਕਦੋਂ ਕਦੋਂ ਥੱਲੇ ਲੱਗ ਗਿਆ ਸੀ ਬੇਬੇ ਦੇ? ਬਸ ਪੁੱਛਣਾ ਪੁੱਤਰਾ, ਜਿਸ ਦਿਨ ਪਹਿਲੇ ਦਿਨ ਵਿਆਹ ਕੇ ਲੈਂਦੀ ਹੈ ਸੁਹਾਗ ਰਾਤ ਵਾਲੇ ਦਿਨ ਦੁੱਧ ਦਾ ਗਲਾਸ ਲੈ ਕੇ ਆਈ, ਮੈਂ ਮੂੰਹ ਜਿਹਾ ਸਵਾਰੀ ਜਾਂਦਾ ਸੀ ਕਿ ਹੁਣੇ ਪੀਊਂਗਾ। ਫਿਰ ਬਾਪੂ ਬਸ ਘੱਟ ਘੱਟ ਕਰਕੇ ਪੀ ਕੇ ਦੁੱਧ ਦਾ ਗਲਾਸ, ਬਹੁ ਪੜਿਆ ਮਾਰਿਆ ਚਲਾ ਕੇ ਕਹਿੰਦੀ ਕੰਜਰ ਦਿਆ ਪੁੱਤਾ ਘੁੱਟ ਲੱਤਾਂ,
ਉਸੇ ਦਿਨ ਤੋਂ ਕੁੱਟਦਾ ਰਿਹਾ ਪੁੱਤਰਾ, ਉਸੇ ਦਿਨ ਤੋਂ ਕੁੱਟਦਾ ਰਿਹਾ। ਬਾਪੂ ਹੁਣ ਤੇਰਾ ਫਿਰ ਕੀ ਸੁਪਨਾ? ਹੁਣ ਤਾਂ ਮੇਰਾ ਇੱਕ ਹੀ ਸੁਪਨਾ ਪੁੱਤਰਾ, ਮੈਂ ਉਸ ਜਲਮ ਤੀਵੀ ਤੋਂ ਲੱਤਾਂ ਵੀ ਕਟਾਇਆ ਕਰੂੰਗਾ, ਪਾਵਾਂ ਵੀ ਕਟਾਇਆ ਕਰੂੰਗਾ, ਉਹ ਸਿਰ ਵੀ ਕਟਾਇਆ ਕਰੂੰਗਾ। ਓ ਬਾਪੂ ਧਿਆਨ ਰੱਖੀ ਕਿਤੇ ਆ ਗੱਲ ਨਾ ਕਟਵਾ ਲਈ। ਓਏ ਗੱਲ ਤਾਂ ਮੈਂ ਉਸ ਜਲਮ ਤੀਵੀ ਦਾ ਕੁੱਟੂੰਗਾ, ਬਸ ਇੱਕ ਵਾਰੀ ਬਾਬੇ ਦਾ ਮੰਤਰ ਕੰਮ ਕਰੀ। ਜੈ ਬਾਬੇ ਮੱਖੀਆਂ ਮਾਰਦੀ, ਜੈ ਬਾਬੇ ਮੱਖੀਆਂ ਮਾਰਦੀ, ਜੈ ਬਾਬੇ ਮੱਖੀਆਂ ਮਾਰਦੀ। ਓਕੇ 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 ਸਪੀਕੋ ਭਗਤੋ, ਬਟ ਪ੍ਰੋਬਲਮ ਇਜ ਬਾਪੂ ਤੈਨੂੰ ਕੋਈ ਸਮਝ ਲੱਗੀ ਬਾਬੇ ਦੀ? ਕੀ ਕਹਿੰਦਾ ਬਾਬਾ? ਤੂੰ ਪੁੱਛ। ਓਏ ਮੇਰਾ ਮਤਲਬ ਕੀ ਦੱਖਣਾ ਹੈ? ਫੜੀ ਮੜਾ ਜਾ, ਇੱਕ ਤਾਂ ਆਹ ਮੱਖੀਆਂ ਨੇ ਸਤਾ ਮਾਰਿਆ, ਇਹਨਾਂ ਤੋਂ ਛੁਟਕਾਰਾ ਪਾਉਣ ਲਈ ਮੈਂ ਬਾਬਾ ਬਣਿਆ ਸੀ, ਪਰ ਲੱਗਦਾ ਸਾਰੀ ਉਮਰ ਨਾਲ ਹੀ ਜਾਣਗੀਆਂ। ਇੰਨੀਆਂ ਮਾਰਦਾ ਫਿਰ ਵੀ ਰਹਿੰਦੀਆਂ ਨੀ, ਮੇਰਾ ਮਤਲਬ ਦੌੜਦੀਆਂ ਨੀ। ਦੇਖੋ ਜੀ, ਖੰਡ ਵਾਲੇ ਡੱਬੇ ਤੇ ਲੂਣ ਲਿਖ ਦੇ, ਮੱਖੀਆਂ ਆਪਦਾ ਰਾਹ ਥੋੜੀ ਬਦਲਣਗੀਆਂ, ਮੱਖੀਆਂ ਨੇ ਤੇ ਗੰਦ ਦੇ ਬਹਿਣਾ ਹੁੰਦਾ। ਸਹੀ ਗੱਲ ਹੈ ਬਾਪੂ। ਠੀਕ ਹੈ, ਮੇਰਾ ਮਤਲਬ ਸਾਲੀਆਂ ਗੰਦ ਮੱਖੀਆਂ ਪਰੇਸ਼ਾਨ ਕਰਦੀਆਂ ਬਾਬਾ ਜੀ ਨੂੰ। ਸਹੀ ਗੱਲ ਹੈ ਬਾਪੂ। ਉਹ ਪਰੇਸ਼ਾਨ ਤਾਂ ਸਾਲੇ ਤੁਸੀਂ ਵੀ ਮੈਨੂੰ ਕਰੀ ਜਾਂਦੇ ਹੋ। ਬਾਬਾ ਜੀ ਅਸੀਂ ਤਾਂ ਤੁਹਾਡੇ ਕੋਲ ਕੰਮ ਆਏ ਸੀ ਜੀ, ਕਰ ਦੋਗੇ? ਬੋਲੋ ਕੀ ਕੰਮ ਆਏ ਸੀ? ਬਾਬਾ ਜੀ ਅਸੀਂ ਜਨਾਨੀਆਂ ਵਸ ਚ ਕਰਨ ਵਾਲਾ ਮੰਤਰ ਸਿੱਖਣਾ। ਜਨਾਨੀਆਂ ਵਸ ਕਰਨ ਵਾਲਾ? ਗਲਤ ਨਾ ਸਮਝੋ ਜੀ, ਬਗਾਨੀਆਂ ਨੀ, ਆਪਦੀਆਂ ਜਨਾਨੀਆਂ ਤੋਂ ਦੁਖੀ ਆ। ਆ ਫੜੀ ਗੱਲ ਮੜਾ ਜਾ। ਬਾਬਾ ਜੀ ਇਹ ਮੰਤਰ ਕੰਮ ਤਾਂ ਕਰ ਜੂਗਾ ਨਾ ਜੀ? ਮੈਨੂੰ ਮੇਰੇ ਸਾਲੇ ਦੇ ਬਾਬਿਆਂ ਦੀ ਸ਼ਕਤੀ ਤੇ ਸ਼ੱਕ ਕਰਦਾ? ਬਾਬਾ ਜੀ ਇਹਦਾ ਕਰਨਾ ਕੀ ਹੈ? ਚੰਗਾ ਸਰ ਜਾਓ ਪਰਸੋ। ਕੰਜਰ ਦਿਓ, ਤੁਹਾਡਾ ਤਾਂ ਜਨਾਨੀਆਂ ਤੋਂ ਖਹਿੜਾ ਛੱਡ ਜੂ, ਆ ਮੇਰਾ ਮੱਖੀਆਂ ਤੋਂ ਛੁਡਾ ਦਿਓ। ਚੇਤਾ ਕਰਦਾ ਪੁੱਤਰਾ ਇਹਨਾਂ ਦਾ ਸੰਘਰਸ਼ਨ ਐਸ ਨੈਸ ਕਰਦਿਆਂ। ਬਾਪੂ ਬਸ 10 ਮਿੰਟ ਰੁਕ ਜਾ, ਜੇ ਇਹਨਾਂ ਨੂੰ ਮਹਾਰਾਣੀਆਂ ਤੋਂ ਗੁਲਾਮ ਨਾ ਬਣਾਇਆ ਤੇ ਬਾਬਾ ਨੂੰ ਵੀ ਬਾਬਾ ਮੱਖੀ ਮਾਰ ਕੇ ਕਿਹਨੇ ਕਹਿਣਾ? ਆ ਜਾ ਆ ਜਾ ਮੜੇ ਧਿਆਨ ਦੇ ਨਾਲ ਬੇ। ਆ ਗਿਆ ਮਲੰਗਾ, ਆ ਗਏ ਲਿਆ 240 ਰੁਪਏ ਦਿਹਾੜੀ ਵਾਲੇ, ਮੈਂ ਤਾਂ ਸੁਰਖੀ ਬਿੰਦੀ ਲੈ ਕੇ ਆਉਣੀ ਆ। ਲਿਆ ਵੇ ਚੋਰਿਆ ਤੂੰ ਵੀ ਫੜਾ ਪੈਸੇ, ਫੜਾ ਫੜਾ ਪੈਸੇ ਲੈ ਕੇ ਆਇਆ। ਇਹ ਆ ਕੀ ਅੱਖਾਂ ਚ ਪਾਤਾ ਭੈਣ ਦੇ ਖਾਸਾ, ਬਹਿ ਜੇ ਤੇਰਾ ਬੇੜਾ ਪਲੇਖ ਦੇ ਜਾਣੇ ਆ। ਹਾਏ ਵੇ ਮਾਰਦੀ ਵੇ ਕੰਜਰਾ, ਆ ਕੇ ਅੱਖਾਂ ਚ ਪਾਤਾ, ਬੇਬੇ ਵਿਚਾਰਾ ਮੈਨੂੰ ਬਣ ਗਈ ਗੱਲ, ਬਣ ਗਈ ਗੱਲ, ਚੱਲ ਗਿਆ ਚੱਲ ਗਿਆ ਬਾਬੇ ਦਾ। ਮੰਤਰ ਮੰਤਰ ਭੁੱਲ ਜਾ ਬਾਪੂ, ਮਸਲੇ ਸਾਰੇ ਰੋਟੀ ਦੇ, ਚੁੱਪ ਕਰਕੇ ਜੂਣ ਹੰਡਾਈਏ ਪੁੱਤਰਾ, ਬਣ ਕੇ ਨੌਕਰ ਮੋਟੀ ਦੇ।